ਇਹ ਗੁਰਦੁਆਰਾ ਸਾਹਿਬ ਹੀਰਾ ਘਾਟ ਸਾਹਿਬ ਆ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਹੀਰਾ ਘਾਟ ਸਾਹਿਬ ਵਿਖੇ ਜੀ। ਦਰਸ਼ਨ ਕਰਦੇ ਹਾਂ ਇਸ ਸਥਾਨ ਦੇ ਵੀ ਜੀ। ਬਣੇ ਰਹੋ ਪੂਰੀ ਵੀਡੀਓ ਵਿੱਚ ਜੀ ਸਾਡੇ ਨਾਲ ਜੀ। ਇਹ 20 ਰੁਪਏ ਦਾ ਗਲਾਸ ਆ ਅਨਾਰ ਦੇ ਦਾਣਿਆਂ ਦਾ ਅਤੇ 10 ਰੁਪਏ ਦਾ ਪਾਈਨਐਪਲ ਜੀ। ਇਹ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਜੀ। ਆ ਜਾਓ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ। ਇਹ ਆ ਜੋੜਾ ਘਰ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਧਰਤੀ ਤੇ ਧਰਤੀ ਤੇ ਆਏ ਇਸ ਸਥਾਨ ਤੇ ਆਪਣੀ ਦੇ ਨਾਨਕ ਬਹਾਦਰ ਸਾਹਿਬ ਜੀ ਆਇਆ ਹੋਇਆ। ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਸਜਾਏ ਬੈਠੇ ਹੋਏ ਸਨ। ਸਜੇ ਦੀਵਾਨ ਵਿੱਚ ਅਤੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੇ ਕੀਮਤੀ ਹੀਰਾ ਭੇਟ ਹੀਰਾ ਲੈ ਕੇ ਗੁਰੂ ਸਾਹਿਬ ਜੀ ਨੇ ਪਿਛਲੇ ਪਾਸੇ ਬਹਿਣ ਦੀ ਬੁਦਾਈ ਚ ਸੁੱਟ ਦਿੱਤੀ। ਬਹਾਦਰ ਸ਼ਾਹ ਮਨੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇੰਨਾ ਕੀਮਤੀ ਹੀਰਾ ਭੇਟ ਕੀਤਾ ਗੁਰੂ ਸਾਹਿਬ। ਗੁਰੂ ਸਾਹਿਬ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ, ਪੱਥਰ ਜਾਣ ਕੇ ਸੁੱਟ। ਗੁਰੂ ਸਾਹਿਬ ਜੀ ਤਾਂ ਜਾਣੀ ਜਾਣ। ਗੁਰੂ ਸਾਹਿਬ ਜੀ ਕਹਿਣ ਲੱਗੇ ਬਹਾਦਰ ਸ਼ਾਹ ਤੁਹਾਡਾ ਦਿੱਤਾ ਹੋਇਆ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ, ਜਰਾ ਗੁਦਾਰੀ ਚੋਂ ਪਛਾਣ ਕੇ ਲਿਆ। ਬਹਾਦਰ ਸ਼ਾਹ ਗੁਦਾਰੀ ਚ ਗਿਆ, ਦੋਵੇਂ ਹੱਥਾਂ ਦੀ ਬੁੱਕ ਭਰ ਕੇ ਵੇਖਣ ਲੱਗਾ ਉਹਦੇ ਦੋਵੇਂ ਹੱਥ ਹੀਰਾ ਨਾਲ ਭਰੇ। ਉਸ ਨੂੰ ਆਪਣਾ ਹੀਰਾ ਪਛਾਣਿਆ ਨਹੀਂ। ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਜ਼ਮੀਨ ਪੈ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਮਾਫ਼ ਕਰ, ਮੈਨੂੰ ਪਤਾ ਨਹੀਂ ਸੀ ਕਿ ਆਹ ਹੀਰਾ ਤੁਹਾਡੇ ਖਜ਼ਾਨੇ ਵਿੱਚ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ। ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਹੀਰਾ ਘਾਟ ਉੱਤੇ ਪ੍ਰਚਲਿਤ ਹੋਇਆ। ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵਹਿੰਦੀ ਹੈ ਜੀ ਗੋਦਾਵਰੀ ਨਦੀ, ਤੁਸੀਂ ਦੇਖ ਸਕਦੇ ਹੋ। ਆਪਾਂ ਸਭ ਨੇ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ ਜੀ। ਚੱਲਦੇ ਹਾਂ ਹੁਣ ਆਪਾਂ ਅਗਲੇ ਸਥਾਨ ਵੱਲ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜਾ ਆਪਣਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਆ ਨਾ ਜੀ, ਇਹਦੇ ਬੈਕ ਸਾਈਡ ਦੇ ਉੱਤੇ ਹੀ ਬਣਿਆ ਹੋਇਆ ਆ ਬਾਬਾ ਲੱਕੜ ਸ਼ਾਹ ਜੀ ਦੀ ਜਗ੍ਹਾ ਜੀ। ਆ ਜਾਓ ਆਪਾਂ ਉਹਦੇ ਦਰਸ਼ਨ ਵੀ ਕਰਦੇ ਹਾਂ ਜੀ ਚੱਲ ਕੇ।
ਉੱਪਰ ਬਣੀ ਹੋਈ ਹੈ ਜਗ੍ਹਾ ਜੀ ਉਹ ਬਾਬਾ ਲੱਕੜ ਸ਼ਾਹ ਜੀ ਦੀ, ਜਿਨ੍ਹਾਂ ਨੇ ਖਜ਼ਾਨੇ ਦੀ ਰਾਖੀ ਕੀਤੀ ਸੀ। ਆ ਜਾਓ ਆਪਾਂ ਇਤਿਹਾਸ ਵੀ ਜਾਣਦੇ ਹਾਂ ਇਸ ਜਗ੍ਹਾ ਦਾ ਜੀ, ਨਾਲੇ ਦਰਸ਼ਨ ਕਰਦੇ ਹਾਂ ਜੀ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਾਂ ਜਾ ਰਹੇ ਹਾਂ ਬਾਬਾ ਲੱਕੜ ਸ਼ਾਹ ਜੀ ਦੀ ਦਰਗਾਹ ਵੱਲ ਨੂੰ, ਪਰ ਰਸਤਾ ਨਾ ਜਿਹੜਾ ਥੋੜ੍ਹਾ ਸਹੀ ਨਹੀਂ ਹੈਗਾ, ਥੋੜ੍ਹਾ ਧਿਆਨ ਨਾਲ ਯਾਨੀ ਕੇਅਰ ਨਾਲ ਚੱਲਣਾ ਪੈਂਦਾ ਆ, ਪਰ ਫਿਰ ਵੀ ਬਣੇ ਰਹੋ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਨਾਲ ਜੀ। ਹਜ਼ੂਰ ਸਾਹਿਬ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਜੀ, ਅਸੀਂ ਆਪ ਉਹਨਾਂ ਦੇ ਦਰਸ਼ਨ ਕਰਾਂਗੇ ਜੀ, ਅਤੇ ਤੁਹਾਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜੀ। ਜੇਕਰ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਜੇਕਰ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਬਾਬਾ ਲੱਕੜ ਸ਼ਾਹ ਜੀ ਦੀ ਅਤੇ ਬਾਬਾ ਯਤੀਮ ਸ਼ਾਹ ਜੀ ਦੀ ਦਰਗਾਹ ਉੱਪਰ ਜੀ। ਆਓ ਚੱਲਦੇ ਹਾਂ, ਦਰਸ਼ਨ ਕਰਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਉ, ਵੀਡੀਓ ਜੇਕਰ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ ਜੀ। ਇਹ ਜਗ੍ਹਾ ਦੇ ਉੱਤੇ ਨਾ ਤਾਲੇ ਚੜ੍ਹਦੇ ਨੇ ਲੋਕ, ਯਾਨੀ ਜਿੰਦੇ ਇਸ ਜਗ੍ਹਾ ਦੇ ਉੱਤੇ ਚੜ੍ਹਦੇ ਨੇ। ਛੋਟਾ ਭਰਾ ਨਾਲ ਸੈਯਦ ਯਤੀਮ ਸ਼ਾਹ ਫਕੀਰ, ਇਹ ਦੋਵੋਂ ਸਗੇ ਭਰਾ ਕਰਤਾਰਪੁਰ ਜਲੰਧਰ ਕੇ ਲੈਣੇ ਪਾਣੀ, ਜੋ ਛੇਵੇਂ ਪਾਤਸ਼ਾਹ ਨੇ ਭੇਜੀ ਤੀ ਖਜ਼ਾਨੇ ਦੀ ਰਾਖੀ ਕੇ ਲਈ। ਖਜ਼ਾਨੇ ਦੀ ਰਾਖੀ ਕੀ ਆ ਕਰਨਾ, ਝਾੜੂ ਮਾਰੀ ਆ ਕਰਨਾ, ਲੱਕੜੀ ਸ਼ਾਹ ਨੂੰ ਸੁਣੀ ਕੇ ਦੋ ਮੋਹਰੇ ਮਿਲੀ ਆ ਕਰਨੀ। ਇੱਥੇ ਪਾਤਸ਼ਾਹ ਸੇ ਲੈ ਕੇ ਦਸਵੇਂ ਪਾਤਸ਼ਾਹ ਤੱਕ ਰਾਖੀ ਕੀ, ਅੱਧਾ ਖਜ਼ਾਨਾ ਸੰਗਤ ਸਾਹਿਬ ਫੌਜੋ ਨੇ ਵਾਡਿਆ ਔਰ ਅੱਧਾ ਖਜ਼ਾਨਾ ਲੱਕੜੀ ਸ਼ਾਹ ਕੇ ਪਾਸ ਰਹਿ ਗਿਆ। ਇਹ ਮੁਗਲੋਂ ਨੇ ਪਤਾ ਲੱਗਿਆ ਕਿ ਲੱਕੜੀ ਸ਼ਾਹ ਵੀ ਤਾਂ ਅੱਧਾ ਖਜ਼ਾਨਾ ਬਾਕੀ ਰਹਿ ਗਿਆ। ਉਹਨੇ ਆਕੇ ਤੰਕੀ ਲੱਕੜੀ ਸ਼ਾਹ ਮੈਂ ਖਜ਼ਾਨਾ ਦੱਸਾ ਦੇ ਤੇ ਨਿਲਾਮ ਲਾਲੀ ਸ਼ਾਹ ਨੇ ਕਿਲਾ ਬਣਾ ਦੇ। ਲੱਕੜੀ ਸ਼ਾਹ ਨੇ ਜਵਾਬ ਦੀ, ਮੇਰੇ ਪਾਸ ਖਜ਼ਾਨਾ ਹੁੰਦਾ ਤੂੰ ਮੇਰੇ ਨਾਮ ਲਾਲੀ ਸ਼ਾਹ ਕਿਲਾ ਬਣਾ ਲੇ ਤਾਂ ਤੁਝੇ ਗਲਤ ਖਬਰ ਮਿਲੀ। ਹੇ ਕਿਸੇ ਦੀ ਅਮਾਨਤ ਸੀ ਧਰਤੀ ਫਟ ਗਈ ਲੱਕੜੀ ਸ਼ਾਹ ਤੇ ਸਮਾਂ। ਦੂਜੇ ਦਿਨ ਛੋਟੇ ਭਰਾ ਨੂੰ ਵੀ ਮਾਰ ਕੁੱਟ ਕੇ ਡੇਢ ਘੰਟੇ ਦੀ ਮੌਲਤ ਮੰਗੀ, ਪਰਿਵਾਰ ਲੈ ਕੇ ਨਦੇੜ ਸਾਹਿਬ ਛੱਡਦੀ ਇੱਥੇ ਆ ਕਰਨ ਲੱਗਿਆ। ਬੜੇ ਭਰਾ ਤੋਂ ਤਾਂ ਆਰਾਮ ਸੇ ਸੋਰੀ ਹੈ, ਮੈਨੇ ਕਿਹਾ ਗੁਦਰੀ ਸੱਚਾ ਭਰਾ ਤੋਂ ਖਜ਼ਾਨੇ ਦੀ ਰਾਹ ਦੱਸਦੇ ਨੀ ਤੋਂ ਪਾਸੂ ਬੁਲਾ ਲਈ। ਤਾਂ ਬੜੇ ਭਰਾ ਨੇ ਬੋਲੀ, 96 ਕਰੋੜ ਖਾਲਸੇ ਦੀ ਗਲੇ ਜੋ 2.5 ਦਿਨਾਂ ਦਾ ਲੰਗਰ ਛਕੇਗਾ ਉਸੇ ਦੀ ਅਮਾਨਤ ਸੀ। ਤਾਂ ਛੋਟੇ ਭਰਾ ਨੇ ਬੋਲੀ, ਮੇਰਾ ਕੀ ਹੋਗਾ, ਇਹ ਮੁਗਲ ਹੈ ਮੈਂ ਜੀਣੇ ਦੇਗਾ, ਮੁਝੇ ਜ਼ੰਦਰੋਂ ਮੈਂ ਬਾਂਧ ਕੇ ਰੱਖਾ ਪੈਰਾ ਰੱਖਿਆ ਤੋਂ ਮੈਂ ਦੀ ਧਰਤੀ ਫਟ ਦੇਵੋਗੀ ਇੱਥੇ ਸਮਾਂ। ਹਮੇ ਇਸੀ ਖਾਨਦਾਨ ਸੇ ਨਵੀਂ ਪੀੜ੍ਹੀ ਚਲੀ ਆ ਰਹੀ, ਬੋਲੇ ਸੋਨੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਅਸੇ ਕਬੀਰ ਜੀ, ਇਹ ਬਾਬਾ ਜੀ ਦੀ ਬਰਸੀ ਹੈ, ਜੋ ਵੀ ਤਲਕ ਹੁੰਦੀ ਸੇਵਾ ਹੋ ਗਈ, ਬਾਬਾ ਦੀ ਟੋਕਰੀ ਪਾਉ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪਾਂ ਸਭ ਨੇ ਮਿਲ ਕੇ ਬਾਬਾ ਲੱਕੜ ਸ਼ਾਹ ਜੀ ਦੀ ਦਰਗਾਹ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਜੀ। ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਸੱਚਖੰਡ ਸਾਹਿਬ, ਗੁਰਦੁਆਰਾ ਸ਼ਿਕਾਰਘੱਟ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ ਅਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦੇ ਦਰਸ਼ਨ ਕੀਤੇ ਸਨ। ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਸਾਡੇ ਚੈਨਲ 'ਤੇ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਲਿਓ ਜੀ। ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ
ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਦੇ ਦਰਸ਼ਨ ਕਰਾਂਗੇ ਜੀ। ਇਸ ਲਈ ਸਾਡੇ ਨਾਲ ਬਣੇ ਰਹੋ ਜੀ। ਇਸ ਜਗ੍ਹਾ ਤੋਂ ਜੀ ਦਰਦਾਂ ਵਾਲਾ ਮਾਲਿਸ਼ ਦਾ ਤੇਲ ਵੀ ਮਿਲਦਾ ਆ, ਜੇਕਰ ਕਿਸੇ ਨੇ ਖਰੀਦਣਾ ਹੋਵੇ ਤਾਂ ਖਰੀਦ ਸਕਦਾ ਜੀ।